गल करा अज्ले लैक्चर की अज का लैक्चर है सैवंथ तू तो पहला छे लैक्चर बन चुके हैं पी एस टैट दो हज़ार अठारह चाहे पेपर वन हैगा चाहे पेपर टू हैगा और जो भी इस पेपर लिए क्वालिफाई करना चाहते हैं तो उन्होंने बेस्ट लैक्चर होएगा पी एस टैट दो हज़ार ग्यारह तो स्टार्ट होया दो हज़ार बारह तेरह 13 ਤੱਕ ਜਿਹੜੇ ਵੀਡੀਓ ਅਪਲੋਡ ਹੋ ਹੈਗੇ ਨੇ ਜਿੰਨੇ ਪ੍ਰੀਵੀਅਸ ਕੁਐਸਚਨ ਅਜ ਤੱਕ ਸੀਡੀਪੀ ਜਿਸ ਨੂੰ ਆਪਾਂ ਕਹਿੰਦੇ ਨੇ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਜਿਹੜੇ ਪੁੱਛੇ ਜਾਂਦੇ ਆ ਕੁਐਸਚਨ 30 ਕੁਐਸਚਨ ਪੁੱਛੇ ਜਾਂਦੇ ਟੋਟਲ ਔਰ ਬਹੁਤ ਹੀ ਜਿਆਦਾ ਅਹਿਮ ਟਾਪਿਕ ਹੁੰਦਾ ਇਹ ਔਰ ਜੋ ਕਿ ਤੁਹਾਨੂੰ ਪਾਸ ਕਰਾਉਣ ਲਈ ਸਭ ਤੋਂ ਹੈ ਯਾਰ ਅਹਿਮ ਮੰਨਿਆ ਜਾਂਦਾ ਔਰ ਇਸ ਦੇ ਇਸ ਤੋਂ ਪਹਿਲਾਂ 6 ਲੈਕਚਰ ਅਪਲੋਡ ਕੀਤੇ ਗਏ ਆ ਔਰ ਉਹ 6 ਲੈਕਚਰ ਜਿਹੜੇ ਬਣੇ ਹੈਗੇ ਆ 2011 ਤੋਂ ਲੈ ਕੇ 2013 ਤੱਕ ਦੇ ਪੀਐਸਟੈਟ ਦੇ ਅਜ ਤੱਕ ਜਿੰਨੇ ਕੁਐਸਚਨ ਪੁੱਛੇ ਗਏ ਉਹ ਬਣੇ ਹੈਗੇ ਆ ਅੱਜ ਦਾ ਜਿਹੜਾ ਲੈਕਚਰ ਲੈ ਕੇ ਹਾਜ਼ਰ ਹੋਵਾਂਗੇ 2014 ਦੇ ਵਿੱਚ ਜਿਹੜੇ ਕੁਐਸਚਨ ਪੁੱਛੇ ਗਏ ਸੀ ਪੀਐਸ ਟੈਟ ਦੇ ਵਿੱਚ ਉਸਦੇ ਦੋ ਪਾਰਟ ਬਣਨਗੇ ਔਰ ਫਰਸਟ ਪਾਰਟ ਅੱਜ ਲਈ ਲੈ ਕੇ ਆਜਰੋਗੇ ਔਰ ਕਹਿ ਸਕਦੇ ਆ ਅੱਜ ਦਾ ਜਿਹੜਾ ਟੋਟਲ ਹੋਏਗਾ ਸੈਵਨਥ ਪਾਰਟ ਹੋਏਗਾ ਫਰਸਟ ਕੁਐਸਚਨ ਕੀ ਹੋਏਗਾ ਡੈਸ਼ ਨਿਰਮਾਣਵਾਦੀ ਟਾਂਚੇ ਦਾ ਸਿਰਜਕ ਹੈ ਕੌਣ ਹੈਗਾ ਬੰਡੂਰਾ ਹੈਗਾ ਬਰੂਨਰ ਹੈਗਾ ਪਿਆਜੇ ਹੈਗਾ ਜੁੰਗ ਹੈਗਾ ਰਾਈਟ ਆਨਸਰ ਕੀ ਹੋਏਗਾ ਔਰ ਕਮੈਂਟ ਕਰਕੇ ਜਰੂਰ ਦੱਸਿਓ ਰਾਈਟ ਆਨਸਰ ਹੋਏਗਾ ਨੰਬਰ 3 ਪਿਆਜੇ ਔਰ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਿਹਾ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋ ਫਸਟ ਟਾਈਮ ਵਿਸਿਟ ਕਰ ਰਿਹਾ ਹੈ ਨੈਕਸਟ ਨੈਕਸਟ ਕੱਲ ਕਰਾਂਗੇ ਜੇਕਰ ਇੱਕ ਸਮੱਸਿਆ ਦਾ ਸਮਾਧਾਨ ਕਰਦੇ ਹੋਏ ਇੱਕ ਵਿਅਕਤੀ ਇਕ ਵਿਅਕਤੀ ਉਸਦੇ ਹੱਲ ਕੋਲ ਅਚਾਨਕ ਹੀ ਪਹੁੰਚ ਜਾਂਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਸਨੇ ਸਿੱਖਿਆ ਹੈ ਕੀ ਸਿੱਖਿਆ ਹੈ ਯਤਨ ਤੇ ਭੁੱਲ ਰਹੀ ਅੰਤਰਦ੍ਰਿਸ਼ਟੀ ਰਹੀ ਅਨੁਕਰਨ ਰਹੀ ਔਰ ਪ੍ਰੇਖਣ ਰਹੀ ਤਾਂ ਰਾਈਟ ਆਨਸਰ ਇਸ ਦਾ ਕੀ ਹੋਵੇਗਾ ਔਰ ਜੋ ਇਸ ਦਾ ਰਾਈਟ ਆਨਸਰ ਹੋਏਗਾ ਉਹ ਹੋਏਗਾ ਨੰਬਰ 1 ਯਤਨ ਤੇ ਭੁੱਲ ਰਹੀ ਇਸ ਤਰ੍ਹਾਂ ਜਿਹੜਾ ਸਿੱਖਦਾ ਹੈਗਾ ਬੱਚਾ ਨੈਕਸਟ ਜੋ ਨੈਕਸਟ ਕਵੈਸਚਨ ਹੋਏਗਾ ਹੇਠ ਲਿਖਿਆਂ ਚੋਂ ਨੈਸ਼ਨਲ ਕਰਿਕੂਲਮ ਫਰੇਮਵਰਕ ਦੀ ਪੋਜੀਸ਼ਨ ਪੇਪਰ ਵਿੱਚ ਪ੍ਰੀਖਿਆ ਸੰਬੰਧੀ ਕਿਹੜੇ ਸੁਧਾਰਾਂ ਨੂੰ ਪ੍ਰਮੁੱਖ ਰੂਪ ਵਿੱਚ ਉਜਾਗਰ ਕੀਤਾ ਗਿਆ ਹੈ ਖੁੱਲੀ ਕਿਤਾਬ ਇਮਤਿਹਾਨ ਦੀ ਕਾਰਜਕਾਰੀ ਤੇ ਬਲ ਦੇਣਾ ਇਮਤਿਹਾਨਾਂ ਦੌਰਾਨ ਆਪਣੀ ਮਰਜ਼ੀ ਨਾਲ ਬੈਠਣਾ ਦੀ ਖੁੱਲ ਹੋਵੇ ਜਾਂ ਕਹਿ ਸਕਦੇ ਨੇ ਨਿਰੰਤਰ ਮੁਲਾਂਕਣ ਤਾਂ ਰਾਈਟ ਆਨਸਰ ਇਸ ਦਾ ਕੀ ਹੋਏਗਾ ਉਹ ਇਸ ਦਾ ਜਿਹੜਾ ਰਾਈਟ ਆਨਸਰ ਹੋਏਗਾ ਉਹ ਹੋਏਗਾ ਨੰਬਰ 3 임테하ਨਾ ਦਰਾਨ ਆਪਣੀ ਮਰਜੀ ਨਾਲ ਬੈਠਣ ਦਾ ਖੁੱਲ੍ਹ ਕਹਿ ਸਕਦੇ ਆਪਾਂ ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜਾ ਕਰਮ درست ਹੈ ਇਕਾਗਰਤਾ ਸਭ ਤੋਂ ਪਹਿਲਾਂ ਹੋਵੇਗੀ ਧਾਰਨਾ ਫਿਰ ਬਾਅਦ ਚ ਹੋਵੇਗੀ ਉਸ ਤੋਂ ਬਾਅਦ ਉਤਪਾਦਨ ਹੋਏਗਾ ਤੇ ਪ੍ਰੇਰਣਾ ਹੋਏਗੀ ਇਸ ਤਰ੍ਹਾਂ ਪ੍ਰੇਰਣਾ ਸਭ ਤੋਂ ਪਹਿਲੇ ਰੱਖੀ ਗਈ ਹੈ ਉਤਪਾਦਨ ਪਹਿਲਾਂ ਰੱਖਿਆ ਗਿਆ ਜਿਹਦਾ ਇਕਾਗਰਤਾ ਫਿਰ ਪਹਿਲਾਂ ਰੱਖੀ ਗਈ ਹੈ ਔਰ ਜਿਸ ਦੇ ਵਿੱਚ ਉਤਪਾਦਨ ਲਾਸਟ ਤੇ ਰੱਖਿਆ ਗਿਆ ਤਾਂ ਇਸ ਦਾ ਰਾਈਟ ਆਨਸਰ ਕੀ ਹੋਣਾ ਚਾਹੀਦਾ ਰਾਈਟ ਆਨਸਰ ਇਸ ਦਾ ਹੋਏਗਾ ਨੰਬਰ 10 ਸੌਰੀ ਨੰਬਰ 1 ਇਕਾਗਰਤਾ ਫਿਰ ਧਾਰਨ ਕਰਨਾ ਫਿਰ ਉਤਪਾਦਨ ਅਤੇ ਫਿਰ ਪ੍ਰੇਰਣਾ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਦਰੁਸਤ ਕਰਮ ਇਸ ਨੂੰ ਮੰਨਿਆ ਜਾਏਗਾ ਔਰ ਜੋ ਕਿ ਪੀਐਸਐਸ 2014 ਚ ਇੱਕ ਕਵੈਸਚਨ ਪੁੱਛਿਆ ਜਾ ਚੁੱਕੀ ਹੈ ਨੈਕਸਟ ਕਵੈਸਚਨ ਹੋਏਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਜਿਕ ਸੰਵਾਦ ਰਾਹੀ ਬੱਚਿਆਂ ਦੇ ਗਿਆਨ ਦੇ ਵਿਕਾਸ ਦੀ ਵਿਧੀ ਵਿੱਚ ਸ਼ਾਮਲ ਨਹੀਂ ਹੈ 스ਕੈਫੋਲਡਿੰਗ ਨਿੱਟ ਵਰਤੀ ਵਿਕਾਸ ਦਾ ਸਿਧਾਂਤ ਜਾਂ ਇੱਥੇ ਕਹਿੰਦੇ ਨੇ ਸਮਾਜਿਕ ਸਿਧਾਂਤ ਆਤਮ ਸਾਥ ਦਾ ਸਿਧਾਂਤ ਔਰ ਰਾਈਟ ਆਨਸਰ ਇਸ ਦਾ ਕੀ ਹੋਏਗਾ ਰਾਈਟ ਆਨਸਰ ਹੋਏਗਾ ਆਤਮ ਸਾਥ ਦੋ ਆਪਸ਼ਨ ਹੈ ਜਿਹੜੀਆਂ ਅਲੱਗ ਹੈਗੀਆਂ ਤੁਹਾਨੂੰ ਦਿਖਾ ਦਿੰਦੇ ਨੇ ਸਮਾਜਿਕ ਸਿੱਖਿਆ ਦਾ ਇਹ ਸਿਧਾਂਤ ਕਹਿ ਸਕਦੇ ਜਾਂ ਕਹਿੰਦੇ ਨੇ ਆਤਮ ਸਾਥ ਕਰਨਾ ਤਾਂ ਰਾਈਟ ਆਨਸਰ ਹੋਏਗਾ ਆਤਮ ਸਾਥ ਹੀ ਹੋਏਗਾ ਨੈਕਸਟ ਜਦੋਂ ਕੋਈ ਬੱਚਾ ਦ੍ਰਵਮਾਨ ਦੀ ਸ੍ਰੱਖਿਆ ਦੀ ਸੰਕਲਪਨਾ ਨਹੀਂ ਕਰ ਸਕਦਾ ਤਾਂ ਉਹ ਕਿਹੜੀ ਤਾਰਕਿਕ ਕਿਰਿਆ ਕਰਨ ਵਿੱਚ ਸਮਰਥ ਨਹੀਂ ਹੈ ਰਾਈਟ ਆਨਸਰ ਇਸ ਦਾ ਕੀ ਹੋਵੇਗਾ ਜੋ ਰਾਈਟ ਆਨਸਰ ਇਸ ਦਾ ਹੋਵੇਗਾ ਨੰਬਰ 3 ਪ੍ਰਤੀ ਵਰਤਤਾ ਰਾਈਟ ਆਨਸਰ ਹੋਵੇਗਾ ਪ੍ਰਤੀ ਵਰਤਤਾ ਨੈਕਸਟ ਅਜਿਹੀ ਧਾਰਨਾ ਜੋ ਪਾਸ਼ਾ ਨੂੰ ਦਿਮਾਗ ਦੀ ਸਰਚਨਾ ਵਿੱਚ ਅੰਕਿਤ ਅਨੋਖੀ ਮਾਨਵ ਸਿੱਧੀ ਦੇ ਰੂਪ ਵਿੱਚ ਵੇਖਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਵਿਵਹਾਰਵਾਦੀ ਮਨੋਵਿਸ਼ਲੇਸ਼ਕ ਅਨੁਵੰਸ਼ਕਤਾਵਾਦੀ ਨਿਰਮਾਣਤਮਕ ਰਾਈਟ ਆਨਸਰ ਕੀ ਹੋਏਗਾ ਜੋ ਰਾਈਟ ਆਨਸਰ ਹੋਏਗਾ ਨੰਬਰ 10 ਅਨੁਵੰਸ਼ਕਤਾਵਾਦੀ ਨੈਕਸਟ ਔਰ ਜੇਕਰ ਤੁਮ ਲੈਕਚਰ ਵਧੇਰੇ ਪਰੀ ਲਾਈਕ ਜ਼ਰੂਰ ਕਰ ਦਿਓ ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖ ਚ ਭਾਸ਼ਾ ਨਿਰਮਾਣ ਲਈ ਮੱਤਿਆਪੂਰਨ ਹੈਗਾ ਸੱਜਾ ਹੈਮਿਸਫੀਅਰ ਦੇਖੋ ਹੈਮਿਸਫੀਅਰ ਕੀ ਹੈਗਾ ਇਹ ਦਿਮਾਗ ਦੇ 파ਰਟ ਨੂੰ ਕਿਹਾ ਜਾਂਦਾ ਖੱਬਾ ਹੈਮਿਸਫੀਅਰ ਔਰ ਸੱਜਾ ਹੈਮਿਸਫੀਅਰ ਉਸ ਤੋਂ ਪੈਰੀਟ ਲੋਬ ਵਰਨਿਕ ਦਾ ਖੇਤਰ ਔਰ ਬਰੋਕਾ ਖੇਤਰ ਰਾਈਟ ਆਨਸਰ ਇਸ ਦਾ ਕੀ ਹੋਏਗਾ ਜਿਹੜਾ ਕਿ ਮਨੁੱਖ ਚ ਭਾਸ਼ਾ ਨਿਰਮਾਣ ਲਈ ਮੱਤਿਆਪੂਰਨ ਹੈਗਾ ਤੁਹਾਨੂੰ ਪਤਾ ਹੈ ਕਿ ਜਿਹੜੀ ਭਾਸ਼ਾ ਕਿੱਥੋਂ ਪੈਦਾ ਹੁੰਦੀ ਹੈ ਰਾਈਟ ਆਨਸਰ ਇਸ ਦਾ ਕੀ ਹੋਏਗਾ ਨੰਬਰ 4 ਬਰੋਕਾ ਖੇਤਰ ਪ੍ਰੋਕਾ ਖੇਤਰ ਇਸ ਦਾ ਰਾਈਟ ਆਨਸਰ ਹੋ ਗਿਆ ਬਿਲਕੁਲ ਨੈਕਸਟ ਰੈਕਸਨ ਦੇ ਸਿਧਾਂਤ ਅਨੁਸਾਰ ਬੱਚਾ ਕਿਹੜੇ ਪੜਾ ਤੇ ਆਪਣੇ ਸੱਭਿਆਚਾਰ ਦੇ ਬੜਮੁੱਲੇ ਸਮਝੇ ਜਾਣ ਵਾਲੇ ਕੌਸ਼ਲਾਂ ਨੂੰ ਸਿੱਖਣ ਅਤੇ ਉਸ ਵਿੱਚ ਵਿਸ਼ੇਸ਼ਤਾ ਗਤ ਹਾਸਲ ਕਰਨ ਵਿੱਚ ਬਹੁਤ ਰੀਜ਼ਬਾਨ ਹੁੰਦਾ ਹੈ ਚਾਰ ਆਪਸ਼ਨ ਤੁਹਾਡੇ ਕੀ ਆਗੀਆਂ ਪਹਿਲ ਕਰਨ ਦੀ ਸ਼ਕਤੀ ਬਨਾਬ ਦੋਸ਼ ਮਿਹਨਤ ਬਨਾਬ ਹੀਨਤਾ ਹੂੰਦ ਬਣਾਵਚ ਭੂਮਿਕਾ ਦਾ ਦਵੰਦ ਖੁਦਮਖਤਿਆਰੀ ਬਣਾਵ ਸ਼ਰਮ ਤੇ ਸੰਦੇਹ ਤਾਂ ਇਸ ਸਿਚੁਏਸ਼ਨ ਦੇ ਵਿੱਚ ਬੱਚਾ ਕਿਸ ਤਰ੍ਹਾਂ ਦਾ ਜਿਹੜਾ ਉਸ ਦੇ ਵਿੱਚ ਵਿਸ਼ੇਸ਼ਤਾ ਹੋਏਗੀ ਐਰੈਕਸਨ ਦੇ ਸਿਧਾਂਤ ਦੇ ਅਨੁਸਾਰ ਤਾਂ ਰਾਈਟ ਆਨਸਰ ਦਾ ਕੀ ਹੋਏਗਾ ਜੋ ਇਸ ਦਾ ਰਾਈਟ ਆਨਸਰ ਹੋਏਗਾ ਉਹ ਹੈਗਾ ਨੰਬਰ 2 ਮਿਹਨਤ ਬਣਾਵ ਹੀਣਤਾ ਨੈਕਸਟ ਨੈਕਸਟ ਜੋ ਕੁਐਸਚਨ ਹੈਗਾ ਕਿਸੇ ਸਮਾਵੇਸ਼ੀ ਟਾਂਚੇ ਵਿੱਚ ਬੱਚਾ ਕਿਸ ਤਰ੍ਹਾਂ ਹੋਣਾ ਹੈ ਹਰ ਬੱਚਾ ਆਪਣੇ ਆਪ ਨੂੰ ਸਕੂਲ ਦੇ ਸਿਸਟਮ ਅਨੁਸਾਰ ਢਾਲ ਲੈਂਦਾ ਹੈ ਵਿਸ਼ੇਸ਼ ਲੋੜਾਂ ਵਾਲੇ ਬੱਚੇ ਵੱਖਰੀਆਂ ਜਮਾਤਾਂ ਵਿੱਚ ਪੜ੍ਹਦੇ ਹਨ ਸਕੂਲ ਦਾ ਕੈਰੀਕੂਲਮ ਲਚਕੀਲਾ ਹੁੰਦਾ ਹੈ ਤਾਂ ਕਿ ਹਰ ਇੱਕ ਬੱਚਾ ਜਾਵੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਇੱਕ ਦੂਜੇ ਨਾਲ ਹੀ ਖੇਡਦੇ ਹਨ ਤਾਂ ਇਸ ਦਾ ਰਾਈਟ ਆਨਸਰ ਕੀ ਹੋਣਾ ਚਾਹੀਦਾ ਬਹੁਤ ਹੀ ਜਿਹੜਾ ਕਹਿ ਸਕਦੇ ਆਪਾਂ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆਏਗਾ ਜੋ ਕਿ ਐਕਸਕਲੂਸਿਵ ਐਜੂਕੇਸ਼ਨ ਬਾਰੇ ਪੁੱਛਿਆ ਜਾਂਦਾ ਹੈ ਸਮਾਵੇਸੀ ਸਿੱਖਿਆ ਬਾਰੇ ਪੁੱਛਿਆ ਜਾਂਦਾ ਹੈ। ਰਾਈਟ ਆਨਸਰ ਇਸ ਦਾ ਕੀ ਹੋਏਗਾ? ਐਕਸਕਲੂਸਿਵ ਬੋਲਾਂਗੇ ਆਪਾਂ ਐਕਸਕਲੂਸਿਵ ਨਹੀਂ ਬੋਲਾਂਗੇ। ਔਰ ਗੱਲ ਕਰਾਂਗੇ ਇਸ ਦਾ ਰਾਈਟ ਆਨਸਰ ਦਾ। ਤਾਂ ਬਿਲਕੁਲ ਰਾਈਟ ਆਨਸਰ ਹੋਏਗਾ ਨੰਬਰ 3। ਸਕੂਲ ਦਾ ਕੈਰੀਕੂਲਮ ਲਚਕੀਲਾ ਹੁੰਦਾ ਹੈ ਤਾਂ ਕਿ ਹਰ ਇੱਕ ਬੱਚਾ ਜਾਵੇ। ਸਮਾਵੇਸੀ ਜੋ ਟਾਂਚਾ ਹੁੰਦਾ ਜਾਂ ਸਮਾਵੇਸੀ ਸਿੱਖਿਆ ਹੁੰਦੀ ਹੈ ਉਸ ਦੇ ਵਿੱਚ ਹਰ ਇੱਕ ਬੱਚੇ ਨੂੰ ਬਰਾਬਰ ਦੇਖਿਆ ਜਾਂਦਾ ਹੈ। ਅਗਲੀ ਗੱਲ ਕਰਾਂਗੇ। ਜਦੋਂ ਇੱਕ ਅਧਿਆਪਕ ਆਪਣੀ ਵਿਦਿਆਰਥੀ ਦੀ ਪੂਰਨ ਗਿਆਨ ਸਮਰੱਥਾ ਨੂੰ ਪਰਖਦਾ ਹੈ ਤਾਂ ਉਹ ਸ਼ਾਮਲ ਹੁੰਦਾ ਹੈ ਸਿੱਖਿਆ ਦੇ ਮੁਲਾਂਕਣ ਵਿੱਚ ਸਿੱਖਿਆ ਵਿਚਲੇ ਮੁਲਾਂਕਣ ਚ ਸਿੱਖਿਆ ਤੌਰ ਤੇ ਮੁਲਾਂਕਣ ਚ ਔਰ ਸਿੱਖਿਆ ਲਈ ਮੁਲਾਂਕਣ ਚ ਬਹੁਤ ਹੀ ਅਹਿਮ ਕੌਚਨੇ ਗਏ ਬਾਰੇ ਰਾਈਟ ਆਨਸਰ ਇਸ ਦਾ ਕੀ ਹੋਏਗਾ ਰਾਈਟ ਆਨਸਰ ਹੋਏਗਾ ਇਸ ਦਾ ਨੰਬਰ 4 ਸਿੱਖਿਆ ਲਈ ਮੁਲਾਂਕਣ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਸਿੱਖਿਆ ਦੇ ਲਈ ਮੁਲਾਂਕਣ ਨੈਕਸਟ ਬੁੱਧੀ ਤੇ ਵਾਤਾਵਰਣ ਦੇ ਪ੍ਰਭਾਵ ਦਾ ਅਧਿਐਨ ਕਰਨ ਲਈ ਖੇਤ ਲਿਖਿਆਂ ਵਿੱਚੋਂ ਕਿਹੜੀ ਵਿਧੀ کارਗਰ ਹੈ کارਗਰ ਦਾ ਮਤਲਬ ਸਭ ਤੋਂ ਬੈਸਟ ਕਹਿ ਸਕਦੇ ਆਪਾਂ ਸੋਰੀ کارਗਰ ਨਹੀਂ ਹੈ ਇੱਥੇ ਰੱਖਿਆ ਗਿਆ ਕਿਹੜੀ ਵਿਧੀ کارਗਰ ਨਹੀਂ ਹੈਗੀ ਜੋੜਾ ਅਧਿਐਨ ਜਿਸ ਨੂੰ ਟਵਿਨ ਸਟਡੀਜ਼ ਕਹਿ ਸਕਦੇ ਆ ਮਨੋਵਿਗਿਆਨਕ ਅਧਿਐਨ ਅੰਕੀਕਰਨ ਅਧਿਐਨ ਦੀਰਘਕਲੀਨ ਅਧਿਐਨ ਰਾਈਟ ਆਨਸਰ ਕੀ ਹੋਏਗਾ ਜੋ ਰਾਈਟ ਆਨਸਰ ਹੋਏਗਾ ਨੰਬਰ 2 ਮਨੋਵਿਗਿਆਨਿਕ ਅਧਿਐਨ ਨੈਕਸਟ ਇੱਕ ਅਧਿਆਪਕ ਲਈ ਮਲਾਂਕਣ ਦਾ ਬੁਨਿਆਦੀ ਉਦੇਸ਼ ਹੋਣਾ ਚਾਹੀਦਾ ਹੈ ਮੁੱਢਲਾ ਜਾਂ ਬੁਨਿਆਦੀ ਕਹਿ ਸਕਦੇ ਆਪਾਂ ਮਲਾਂਕਣ ਦੇ ਲਈ ਕੀ ਉਦੇਸ਼ ਹੋਣਾ ਚਾਹੀਦਾ ਇੱਕ ਅਧਿਆਪਕ ਦਾ ਵਿਦਿਆਰਥੀਆਂ ਗਲਤੀਆਂ ਦੀ ਪਛਾਣ ਕਰਨਾ ਵਿਦਿਆਰਥੀਆਂ ਦੀਆਂ ਉਪਲਬਧੀਆਂ ਵਿਚਲੇ ਖੱਪਿਆਂ ਦੀ ਪਛਾਣ ਕਰਨਾ ਅਤੇ ਉਹਨਾਂ ਖੱਪਿਆਂ ਦੀ ਪੂਰਤੀ ਲਈ ਸਹਾਇਤਾ ਕਰਨਾ ਵਿਦਿਆਰਥੀ ਦੀ ਉਪਲਬਧੀ ਨੂੰ ਮਾਪਣਾ ਔਰ ਬੱਚੇ ਨੂੰ ਕਿਸੇ ਜਮਾਤ ਵਿੱਚ ਰੋਕਣਾ ਜਾਂ ਤਰੱਕੀ ਦੇਣ ਲਈ ਮੁਲਾਂਕਣ ਕਰਕੇ ਰਾਈਟ ਆਨਸਰ ਇਸ ਦਾ ਕੀ ਹੋਏਗਾ ਜੋ ਰਾਈਟ ਆਨਸਰ ਹੋ ਗਿਆ ਬਿਲਕੁਲ ਉਹ ਹੋਏਗਾ ਨੰਬਰ 2 ਵਿਦਿਆਰਥੀ ਦੀਆਂ ਉਪਲਬਧੀਆਂ ਵਿਚਲੇ ਖੱਪਿਆਂ ਦੀ ਪਛਾਣ ਕਰਨਾ ਅਤੇ ਉਹਨਾਂ ਖੱਪਿਆਂ ਦੀ ਪੂਰਤੀ ਲਈ ਸਹਾਇਤਾ ਕਰਨਾ ਰਾਈਟ ਆਨਸਰ ਹੋਏਗਾ ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਜਿਕ ਸਿਖਲਾਈ ਸਿਧਾਂਤ ਦਾ ਭਾਗ ਨਹੀਂ ਹੈ ਅਨੁਕਰਨ ਪ੍ਰਤੀਪੂਰਨ ਕਰਨਾ ਪ੍ਰੀਖਣ ਕਰਨਾ ਵਿਵਹਾਰਕ ਪ੍ਰਗਟਾ ਕਰਨ ਜੋ ਰਾਈਟ ਆਨਸਰ ਹੋਏਗਾ ਨੰਬਰ 4 ਵਿਵਹਾਰਕ ਪ੍ਰਗਟਾ ਕਰਨ ਨੈਕਸਟ ਅੱਜ ਦਾ ਲਾਸਟ ਕੁਐਸਚਨ ਹੋਏਗਾ ਔਰ ਨੈਕਸਟ ਲੈਕਚਰ ਤੁਹਾਨੂੰ ਜਲਦੀ ਮਿਲ ਜਾਏਗਾ ਔਰ ਜੋ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਪਲੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਦੋਂ ਵੀ ਅਸੀਂ ਨਵਾਂ ਵੀਡੀਓ ਪੀਐਸ ਸਟੈਟਨਸ ਮਤ ਲੈ ਕੇ ਆਈਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਇਸ ਤੋਂ ਇਲਾਵਾ ਤੁਸੀਂ 6th ਤੋਂ 8th ਕਲਾਸ ਤੱਕ ਦੇ ਜਿਹੜੇ ਨੋਟਸ ਐਸਐਸਟੀ ਦੇ ਜਿਸ ਨੂੰ ਪਰ ਸੋਸ਼ਲ ਸਾਇੰਸ ਕਹਿ ਸਕਦੇ ਆ ਉਹ ਵੀ ਲੈ ਸਕਦੇ ਹੋ ਇਸ ਵੀਡੀਓ ਦੇ ਡਿਸਕਸ਼ਨ ਬੋ ਤੁਹਾਨੂੰ ਲਿੰਕ ਮਿਲ ਜਾਏਗਾ ਉਸ ਲਿੰਕ ਤੇ ਜਾ ਕੇ ਤੁਸੀਂ ਬਿਲਕੁਲ ਸਮਾਲ ਕੋਸਟ ਤੇ ਉਹ ਨੋਟਸ ਖਰੀਦ ਸਕਦੇ ਹੋ ਗੱਲ ਕਰਾਂਗੇ ਹੇਟ ਲਿਖਿਆ ਵਿੱਚੋਂ ਕਿਹੜਾ ਚਿੰਤਕ ਨੇ ਸਖਲਾਈ ਨੂੰ ਸਮਾਜਿਕ ਮਾਧਿਅਮ ਪ੍ਰਕਿਰਿਆ ਵਜੋਂ ਉਭਾਰਿਆ ਹੈ ਰਾਈਟ ਆਨਸਰ ਕੀ ਹੋਏਗਾ ਬਿਲਕੁਲ ਰਾਈਟ ਆਨਸਰ ਹੋਏਗਾ ਨੰਬਰ 2 ਬਾਇਓਕੋਸੀ ਕਿਉਂਕਿ ਜੋ ਸਮਾਜਿਕ ਸਿਧਾਂਤ ਦਿੱਤਾ ਹੈ ਔਰ ਸਮਾਜਿਕ ਸਿੱਖਣ ਦਾ ਸਮਾਜ ਰਾਹੀਂ ਸਿੱਖਣ ਦਾ ਉਹ ਬਾਇਓਗੋਸਤੀ ਦੁਆਰਾ ਹੀ ਦਿੱਤਾ ਗਿਆ ਹੈ। ਰਾਈਟ ਆਨਸਰ ਇਸਦਾ ਹੋਏਗਾ ਬਾਇਓਗੋਤਸਕੀ। ਠੀਕ ਹੈ ਜੀ ਆਸ ਹੈ ਕਿ ਤੁਹਾਨੂੰ ਅੱਜ ਦਾ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਰ ਦਿਓ। ਇਸ ਤਰ੍ਹਾਂ ਨੋਟੀਫਿਕੇਸ਼ਨ ਆਲ ਇੰਡੀਆ ਆਲ ਪੰਜਾਬ ਦੇ ਜੋਬ ਨਾਲ ਸੰਬੰਧ ਸਟੱਡੀ ਨਾਲ ਤੁਹਾਨੂੰ ਇਸ ਚੈਨਲ ਤੇ ਮਿਲਦੇ ਰਹਿਣਗੇ। ਮਿਲਦੇ ਇੱਕ ਹੋਰ ਨਵੇਂ ਵੀਡੀਓ ਤੇ ਥੈਂਕ ਯੂ so much ਠੀਕ ਹੈ ਬਾਏ।